ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਇੱਕ ਨਵੇਂ ਵਲੌਗ 'ਚ ਅਤੇ ਇੱਧਰ ਬੈਠੇ ਬਹੁਤ ਟਾਈਮ ਬਾਅਦ ਅੱਜ ਇਹ ਵਲੌਗ ਸ਼ੁਰੂ ਕਰਨ ਲੱਗੇ ਹਾਂ ਬਹੁਤ ਦਿਨ ਲੰਘ ਗਏ ਤੁਸੀਂ ਪਹਿਲਾਂ ਵਾਲੇ ਵਲੌਗ ਦੇਖ ਲਏ ਹੋਣੇ ਆ ਇਹ ਬਹੁਤ ਲੇਟ ਆ ਰਿਹਾ ਵਲੌਗ ਆਈ ਥਿੰਕ ਇਹ ਜਦੋਂ ਵਲੌਗ ਸ਼ੂਟ ਹੋਇਆ ਹੋਊਗਾ ਉਦੋਂ ਡੇਢ ਮਹੀਨੇ ਬਾਅਦ ਇਹ ਵਲੌਗ ਜਿਹੜਾ ਆਊਗਾ ਨਹੀਂ ਨਹੀਂ ਜੀ ਇੰਨਾ ਲੇਟ ਨਹੀਂ ਹੋਣਾ ਹੈਗਾ ਤੁਹਾਡੇ ਸਾਹਮਣੇ ਹੀ ਆ ਦੇਖ ਲਈ ਕਿਉਂਕਿ ਐਡੀਟਿੰਗ ਮੈਂ ਕਰਨੀ ਹੈ ਨਾ ਮੈਂ ਆਪਣੇ ਤਰਫ ਤੋਂ ਦੱਸ ਰਹੀ ਹਾਂ ਕੀ ਕਰੀਏ ਯਾਰ ਬਿਜ਼ੀ ਇੰਨੇ ਚੱਲਦੇ ਕੁਛ ਬਿਜ਼ੀ ਚੱਲਦੇ ਆ ਕੁਛ ਤਬੀਅਤ ਨਹੀਂ ਸੈੱਟ ਹੈਗੀ ਕਿੰਨੇ ਦਿਨ ਹੋ ਗਏ ਜਿਵੇਂ ਕਿ ਤੁਸੀਂ ਪਿਛਲੇ ਵਲੌਗ ਦੇਖੇ ਹੁਣ ਇਹ ਨਹੀਂ ਪਤਾ ਆਪਾਂ ਪਿਛਲੇ ਵਲੌਗ ਪਹਿਲਾਂ ਪਾਵਾਂਗੇ ਕਿ ਆਹੀ ਵਾਲਾ ਪਾ ਦਾਂਗੇ ਸਾਡਾ ਕੁਛ ਪਤਾ ਵੀ ਨਹੀਂ ਹੈਗਾ ਸੋ ਤੁਸੀਂ ਤੁਹਾਨੂੰ ਪਤਾ ਲੱਗ ਜੂਗਾ ਅੱਜ ਤਰੀਕ ਹੈਗੀ ਆ 24 ਯੈਸ ਮੈਂ ਇਹ ਦੱਸਾਂ ਕਿਹੜਾ ਮਹੀਨਾ ਨਹੀਂ ਜੀ ਮਹੀਨਾ ਵੀ ਹੋ ਸਕਦਾ ਅੱਗੇ 24 अप्रैल आज आज दे दिन व्लॉग शूट हो रहा ते हुण टाइम हो रहा दोपहर दे 3:45 ते असी लुधियाने नु जा रहे हां लुधियाने क्यों जा रहे हां क्योंकि साने हैगा बहुत जरूरी काम जो बहुत ही इंपॉर्टेंट है ना भी ਸੀ ਕੁਛ ਲੈਣ ਚੱਲੇ ਆ ਉਹ ਤੁਹਾਨੂੰ ਬਾਅਦ ਚ ਦਿਖਾਵਾਂਗੇ ਸਿੱਧੀ ਗੱਲ ਮੈਂ ਪਹਿਲਾਂ ਦੱਸਣ ਲੱਗਿਆ ਸੀ ਲੱਭ ਰਹੀ ਨੇ ਕੋ ਵਲੌਗ ਰੋਕਤਾ ਸੋ ਮੈਂ ਕਿਹਾ ਛੱਡ ਪਰੇ ਯਾਰ ਹੁਣ ਨਹੀਂ ਦੱਸਣਾ ਬਾਅਦ ਤੇ ਵੀਡੀਓ ਸ਼ੁਰੂ ਹੋਣ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਹੋਪ ਕਰਦੇ ਆ ਕਿ ਆਹ ਵਲੌਗ ਵਾਹਿਗੁਰੂ ਜੀ ਦੀ ਕਿਰਪਾ ਨਾਲ ਸਿਰੇ ਚੜ ਜਾਵੇ ਪੂਰਾ ਹੋ ਜਾਵੇ ਕਿਉਂਕਿ ਹੋਰ ਵਲੌਗਾਂ ਦੇ ਵਾਂਗੇ ਵੀ ਅੱਧ ਜੇ ਨਾ ਰਹੇ ਵਿਚਾਰਾ ਹੈ ਨਾ ਸਹੀ ਗੱਲ ਸੋ ਆਪਾਂ ਹੁਣ ਤੁਹਾਨੂੰ ਅੱਗੇ ਜਾ ਕੇ ਮਿਲਦੇ ਆ ਇੱਥੇ ਆਪਾਂ ਆਉਣਾ ਸੀ ਉੱਥੇ ਆਪਾਂ ਪਹੁੰਚ ਗਏ ਆ ਅਸੀਂ ਫੜਨਾ ਹੈ ਕੇਕ ਇੱਥੋਂ ਹੈ ਨਾ ਤੇ ਉਹ ਕਿਹਦੇ ਲਈ ਫੜਨਾ ਹੈ ਉਹ ਤੁਹਾਨੂੰ ਆ ਕੇ ਦੱਸਦੇ ਹਾਂ ਪਹਿਲਾਂ ਕੇਕ ਲੈ ਲਈ ਹੈ ਨਾ ਯੈਸ ਕੇਕ ਆਪਾਂ ਪਿਕ ਕਰ ਲਿਆ ਆ ਤੇ ਕਿਹਦੇ ਲਈ ਆ ਕੇਕ ਉਹ ਹਲੇ ਨਹੀਂ ਦੱਸਣਾ ਯਾਰ ਆਪਾਂ ਠਹਿਰ ਕੇ ਦੱਸਦੇ ਹਾਂ ਪਹੁੰਚ ਕੇ ਜਦੋਂ ਆਪਾਂ ਕੇਕ ਖੋਲ ਕੇ ਦਿਖਾਵਾਂਗੇ ਨਾ ਫਿਰ ਦੱਸਾਂਗੇ ਯਾਰ ਗਰਮੀ ਬਹੁਤ ਜ਼ਿਆਦਾ ਆ ਬਹੁਤ ਜ਼ਿਆਦਾ ਪੈ ਰਹੀ ਹੈ ਇੰਨੀ ਜ਼ਿਆਦਾ ਧੁੱਪ ਆ ਨਾ ਅੱਖਾਂ ਹੀ ਨਹੀਂ ਖੁੱਲ ਰਹੀਆਂ हम सारे इकट्ठे हो गए हाय मेरा टच हाय मेरा टच हाय हाय कुछ नहीं होगा टाइम ना चल रही है टाइम ब्लॉग्स नहीं पा रही है बिना तो सही वाला कहीं तो ना रहना फ्रेंड्स भजाई नहीं यार Guys, I'm so tired. So मैं ना जाना थोड़ा पता एयरपोर्ट ते सो मेरी फ्लाइट आज दी ते गाइस मेरी है ये सवेर दी फ्लाइट सो सारे जाने मेनू छटने जा रहे हैं ते तू भी छटने जा रही है मेनू सो सवेरे 8 बजे दी फ्लाइट है मेरी यार आई एम सो टायर्ड थानू की दसा यार मैं ए ब्रो यू नो आ ब्रदर मैंने छटने जा रहे हैं तू बकवास कर रहे हैं दस है बस एनू भी नाल तो रहे हैं
ਬੈਗ ਅਸੀਂ ਇਹਦਾ ਵੀ ਨਾਲ ਪੈਕ ਕਰਤਾ ਸੋ ਅਸੀਂ ਕਿਹਾ ਤੂੰ ਵੀ ਜਾ ਟੈਚੀ ਚ ਪਾ ਕੇ ਲੈ ਜਾ ਇਹਨੂੰ ਹਨਾ ਵੀ ਜਾ ਬਾਲੇ ਜਾਣਾ ਹੈ ਇਹ ਜਾਂਦਾ ਕਿਤੇ ਕਿੱਥੇ ਆ ਇਹਦਾ 82 ਕਿਲੋ ਵਜ਼ਨ ਨਾ ਇਹ ਕਿੱਥੇ ਆਉਂਦਾ 82 ਕਿਲੋ ਵਜ਼ਨ ਦੇਖੋ ਯੋ ਬ੍ਰੋ ਟੈਚੀ ਦਾ ਕਿੰਨਾ ਹੁੰਦਾ 54 ਕਿਲੋ ਵਜ਼ਨ ਹੁੰਦਾ ਹਨਾ ਟੋਟਲ ਟੈਚੀ ਦਾ ਤੇ ਯਾਰ ਤੇਰਾ ਕਿਵੇਂ ਅਸੀਂ ਕਨਵਰਟ ਕਿਵੇਂ ਕਰਾਂਗੇ ਤੂੰ ਆਪ ਦੱਸ ਯਾਰ ਇੱਕ ਬੈਗ ਐਕਸਟਰਾ ਮਿਲ ਜਾਂਦਾ 6500 ਲੱਗਦਾ ਇਹਨੂੰ ਮੈਂ ਕਿਹਾ ਭਰ ਦੇ ਮਿਲਦੇ ਜਲਦੀ ਆ ਚੰਗਾ ਵੀ ਨਵੀਂ ਲੈ ਫੜ ਬਾਈ ਫੋਨ ਓਕੇ ਜੀ